जी मैम, आज तुसी प्रेस कॉन्फ्रेंस कर रहे हो, किस मुद्दे नूं लैके? मैं जिहड़ा काफ़ी 15-20 दिन तो ये बवाल चल रहा पूरे पंजाब दे विच के नवदीप सिंह SHO ने दो भरावां नूं देख मतलब केस दे विच फसाया जा रहा है ना, कि उन्होंने मानवजीत नूं जिहड़ा हैगा उन्हां ते तशद्दुद किया इस केस दे पूरे पंजाब दे विच बवाल खड़ा होया। पर सब तो पहला मैं जिहड़े मेरे पंजाब पुलिस के सारे कर्मचारी ने, चाहे वह छोटे ने मेरे को, चाहे वह बड़े, मैं उन्होंने हाथ जोड़ के बेनती करती हाँ कि अज तो बाद पुलिस स्टेशन दे विच जां सड़क दे उत्ते, पुलिस स्टेशन तो बाहर किसी की धी भैन या माँ के नाल कोई बदसलूकी करता कि वो दी इज्जत दे उत्ते हाथ उठाउंदा आ तां तुसीं उन्हां दी मदद नहीं करनी। क्यों नहीं करनी? क्योंकि जिहड़े अज साडे परिवार का हाल है, नवदीप सिंह दे परिवार की अज जो हालत हैगी आ, तां कि मेरे उन्हां वीरां दे परिवारां दी वी हालत आ जिहड़ी उह ना होवे। गल कीती जावे कि इक ਦੀ ਡੈਡ ਬੋਡੀ ਮਿਲ ਗਈ ਹੈ, ਦੂਸਰੇ ਦੀ ਹਜੇ ਮਿਲ ਨਹੀਂ ਪਾਈ ਹੈ, ਅੱਜ ਪੋਸਟਮਾਰਟਮ ਹੋ ਕੇ ਜਿਹੜਾ ਉਹਨਾਂ ਦਾ ਸੰਸਕਾਰ ਕਰਨ ਦੀ ਵੀ ਗੱਲ ਆ ਰਹੀ ਹੈ, ਲੇਕਿਨ ਇਸ ਵਿਚਾਰੇ ਜਿਹੜੀ ਉਹਨਾਂ ਦੀ ਕਾਰਵਾਈ ਹੋਈ ਹੈ ਨਵਦੀਪ ਸਿੰਘ ਤੇ ਨਾਲ ਉਹਨਾਂ ਦੇ ਸਾਥੀਆਂ ਦੇ, ਉੱਥੇ ਕਿਵੇਂ ਦੇਖੀ? ਜਿਸ ਬੰਦੇ ਦੀ ਡੈਡ ਬੋਡੀ ਮਿਲੀ ਹੈ ਜੀ, ਜਸ਼ਨਜੀਤ ਜਸ਼ਨ ਦੀ, ਉਹਦਾ ਮੇਰੇ ਹਸਬੈਂਡ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਹੈ, ਨਾ ਤਾਂ ਉਹ ਮਿਲਿਆ ਜ਼ਿੰਦਗੀ ਦੇ ਵਿੱਚ ਮੇਰੇ ਹਸਬੈਂਡ ਨੂੰ ਕਦੀ, ਨਾ ਹੀ ਉਹ ਪੁਲਿਸ ਸਟੇਸ਼ਨ ਦੇ ਵਿੱਚ ਆਇਆ। ਉਹ ਤਾਂ ਸਿਰਫ ਘਰੋਂ ਹੀ ਗੋਇੰਦਵਾਲ ਸਾਹਿਬ ਗਿਆ, ਉੱਥੋਂ ਉਹਨੇ ਜਾ ਕੇ ਛਾਲ ਮਾਰਤੀ। ਮੈਨੂੰ ਵੀ ਇਸ ਗੱਲ ਦੀ ਸਮਝ ਨਹੀਂ ਆ ਰਹੀ ਕਿ ਜਿਹੜਾ ਪ੍ਰਸ਼ਾਸਨ ਆ ਉਹ ਇਹਦਾ ਕਤਲ ਮੇਰੇ ਹਸਬੈਂਡ ਦੇ ਉੱਪਰ ਕਿਉਂ ਪਾ ਰਿਹਾ? ਨਾ ਤਾਂ ਉਹ ਕਿਤੇ ਨਾਂ ਲਿਖ ਕੇ ਗਿਆ, ਨਾ ਉਹ ਪੁਲਿਸ ਇਨਵੈਸਟੀਗੇਸ਼ਨ ਜਿਹੜੀ ਚੱਲਦੀ ਪਈ ਸੀ ਉਹਦੇ ਵਿੱਚ ਸ਼ਾਮਿਲ ਸੀ, ਉਹ ਬੰਦਾ ਤਾਂ ਪੁਲਿਸ ਸਟੇਸ਼ਨ ਆਇਆ ਹੀ ਨਹੀਂ। ਇਸ ਕਤਲ ਕੇਸ ਦੇ ਵਿੱਚ ਮੇਰੇ ਹਸਬੈਂਡ ਨੂੰ ਕਿਉਂ ਫਸਾਇਆ ਜਾ ਰਿਹਾ? ਜੇ ਗੱਲ ਕੀਤੀ ਜਾਵੇ ਕਿ ਮਾਨਵਜੀਤ ਜਿਹੜਾ ਜਸ਼ਨ ਦਾ ਭਰਾ ਸੀ ਵੱਡਾ, ਉਹ ਉਸ ਕੇਸ ਦੇ ਵਿੱਚ ਆਏ ਸੀ ਲੜਕੀ ਪਕਸ਼ ਵੱਲੋਂ, ਤੇ ਕਹਿ ਰਹੇ ਕਿ ਉਹਨਾਂ ਨਾਲ ਬਦਸਲੂਕੀ ਕੀਤੀ ਗਈ ਜਿਸ ਦੇ ਡਿਪਰੈਸ਼ਨ ਦੇ ਚੱਲਦੇ ਉਹਨਾਂ ਦੇ ਛੋਟੇ ਭਰਾ ਨੇ ਛਾਲ ਮਾਰੀ, ਮਗਰ ਇਹ ਮਾਨਵਜੀਤ ਨੇ ਮਾਰ ਦਿੱਤੀ। ਮਾਨਵਜੀਤ ਨੇ ਆ ਕੇ ਇੱਕ ਮਹਿਲਾ ਕਾਂਸਟੇਬਲ ਦੇ ਨਾਲ ਬਦਤਮੀਜ਼ੀ ਕੀਤੀ, ਉਹਨੂੰ ਕਾਫੀ ਅਪਸ਼ਬਦ ਬੋਲੇ, ਉਹਨੂੰ ਇੱਥੋਂ ਤੱਕ ਕਿਹਾ ਕਿ ਤੂੰ ਬਾਹਰ ਨਿਕਲ, ਤੇਰੇ ਮੈਂ ਕੱਪੜੇ ਲਵਾ ਦੇਣਾ, ਤੇਰੇ ਕੱਪੜੇ ਤਾਂ ਮੈਂ ਲਾਊਂਗਾ। ਉਹ ਸ਼ਾਇਦ ਇਹ ਭੁੱਲ ਗਿਆ ਸੀਗਾ ਵੀ ਜੇ ਇਹ ਕੱਪੜੇ ਨਹੀਂ ਹੁੰਦੇ, ਇਹ ਵਰਦੀ ਹੁੰਦੀ ਹੈ ਜੋ ਕਿ ਬੜੇ ਮਾਨ ਸਨਮਾਨ ਦੇ ਨਾਲ DGP ਵੱਲੋਂ ਕੁਛ ਹੀ ਲੋਕਾਂ ਨੂੰ ਦਿੱਤੀ ਜਾਂਦੀ ਆ, ਆਮ ਬੰਦੇ ਕੋਲ ਮਾਨ ਸਨਮਾਨ ਵਾਲੀ ਵਰਦੀ ਨਹੀਂ ਹੁੰਦੀ ਜਿਹਨੂੰ ਉਹ ਕੱਪੜੇ ਕਹਿ ਰਿਹਾ ਸੀ। ਮੇਰੇ ਹਸਬੈਂਡ ਤੋਂ ਇਹ ਗੱਲ ਬਰਦਾਸ਼ਤ ਨਹੀਂ ਹੋਈ, ਉਹਨਾਂ ਨੇ ਆਪਣੇ ਕਮਰੇ ਦੇ ਵਿੱਚ ਬੁਲਾਇਆ ਕਿ ਇਹਨੂੰ ਕਮਰੇ ਦੇ ਵਿੱਚ ਭੇਜੋ, ਉਹਨੂੰ ਕਿਹਾ ਕਿ ਤੂੰ ਜਿਹੜੀ ਇਹ ਅਪਸ਼ਬਦ ਬੋਲ ਰਿਹਾ, ਗੰਦੀ ਭਾਸ਼ਾ ਵਰਤ ਰਿਹਾ, ਇਹਨੂੰ ਬੰਦ ਕਰ। ਉਹ ਕਹਿੰਦਾ ਤੈਨੂੰ ਪਤਾ ਨਹੀਂ ਹੈ ਮੈਂ ਕਿਹੜੇ ਲੀਡਰਾਂ ਦਾ ਰਿਸ਼ਤੇਦਾਰ ਹਾਂ, ਅਤੇ ਤੂੰ ਬਾਹਰ ਨਿਕਲ ਮੈਂ ਤੇਰੀ ਵੀ ਵਰਦੀ ਲਾਉਣਾ। ਮੇਰੇ ਹਸਬੈਂਡ ਨੂੰ ਇਹ ਗੱਲ, ਮੈਨੂੰ ਉੱਥੇ ਜਿਹੜੇ ਲੋਕ ਹੋਰ ਬੈਠੇ ਹੋਏ ਸੀ ਮੈਨੂੰ ਉਹਨਾਂ ਨੇ ਵੀ ਦੱਸੀ ਹੈ ਕਿ ਮੈਡਮ ਉਹਨੇ ਬਹੁਤ ਬਦਸਲੂਕੀ ਕੀਤੀ। ਮੈਂ ਪੁੱਛਿਆ ਸੀ ਇਹ ਚੀਜ਼, ਉਹਨਾਂ ਤੋਂ ਵੀ ਕਨਫਰਮ ਕੀਤੀ ਸੀ। ਜਿਹੜਾ ਪੁਲਿਸ ਵਿਭਾਗ ਵੱਲੋਂ ਨਵਦੀਪ ਸਿੰਘ ਤੇ ਉਹਨਾਂ ਦੇ ਸਾਥੀਆਂ ਖਿਲਾਫ ਕਾਰਵਾਈ ਹੋਈ ਹੈ, ਉਹਨੂੰ ਕਿਵੇਂ ਦੇਖ ਰਹੇ? ਮੈਨੂੰ ਲੱਗਦਾ ਕਿ ਇਹ ਸਾਰੇ ਪੁਲਿਸ ਪ੍ਰਸ਼ਾਸਨ ਦੇ ਨਾਲ ਧੱਕਾ ਹੋ ਗਿਆ ਹੋਇਆ, ਚਾਹੇ ਪੁਲਿਸ ਪ੍ਰਸ਼ਾਸਨ ਤੋਂ ਜਾਣੇ ਅਣਜਾਣੇ ਦੇ ਵਿੱਚ ਹੈ, ਪਰ ਇਹ ਬਹੁਤ ਹੀ ਵੱਡੀ ਨਾਇਨਸਾਫੀ ਪੁਲਿਸ ਮੁਲਾਜ਼ਮਾਂ ਦੇ ਜਿਹੜੇ ਪਰਿਵਾਰ ਨੇ ਉਹਨਾਂ ਦੇ ਨਾਲ ਹੋ ਗਿਆ। ਕਿਉਂਕਿ ਸਾਡੇ ਨਾਲ ਨਾ ਤਾਂ ਪਬਲਿਕ ਖੜ੍ਹਦੀ ਹੈ, ਨਾ ਰਾਜਨੀਤੀ ਖੜ੍ਹਦੀ ਹੈ, ਨਾ ਸਾਡਾ ਪ੍ਰਸ਼ਾਸਨ ਖੜ੍ਹਦਾ, ਕਿਉਂਕਿ ਉਹ ਵਰਦੀ 'ਚ ਹੁੰਦੇ ਨੇ। ਅਸੀਂ ਕਿੱਥੇ ਜਾਈਏ? ਸਾਡਾ ਗੁਨਾਹ ਹੋ ਗਿਆ ਜੇ ਅਸੀਂ ਪੁਲਿਸ ਮੁਲਾਜ਼ਮਾਂ ਦੇ ਬੱਚੇ ਹਾਂ ਜਾਂ ਉਹਨਾਂ ਦਾ ਬੀਵੀਆਂ ਅਸੀਂ, ਉਹਨਾਂ ਦੇ ਮਾਂ ਬਾਪ ਨੇ ਬੁੱਢੇ, ਅਸੀਂ ਕੀ ਗੁਨਾਹ ਕਰਤਾ ਕਿ ਹਮੇਸ਼ਾ ਹੀ ਜਿਹੜੀ ਇਹ ਗਲਤੀ ਪੁਲਿਸ ਮੁਲਾਜ਼ਮ ਦੀ ਕਿਉਂ ਗਿਣੀ ਜਾਂਦੀ ਹੈ? ਅੱਗੇ ਤੁਹਾਡਾ ਕੀ ਮੰਗ ਹੈ? ਤੁਹਾਡੀ ਮੰਗ ਮੇਰੀ ਇਹੀ ਹੈ ਕਿ ਜਿਹੜੇ ਮਾਨਵਜੀਤ ਸੀਗਾ, ਜਿਹੜਾ ਕਹਿੰਦੇ ਨੇ ਕਿ ਉਹਦੇ 57 ਜਿਹੜੀ ਕੀਤੀ ਗਈ ਹੈ, ਉਹ ਸਾਰੇ ਪੁਲਿਸ ਅਧਿਕਾਰੀ ਜਿਹੜੇ ਸੀਨੀਅਰ ਪੁਲਿਸ ਅਧਿਕਾਰੀ ਆ, ਉਦੋਂ ਉਹਨਾਂ ਨੂੰ ਦੱਸਿਆ ਗਿਆ ਕਿ 25 ਬੰਦੇ ਨੇ ਜੀ ਆਏ ਹੋਏ ਇੱਥੇ, ਅਤੇ ਇੱਦਾਂ ਕਰਕੇ ਇਹ ਬੰਦਾ ਇਹਨਾਂ 'ਚੋਂ ਬਦਸਲੂਕੀ ਕਰ ਰਿਹਾ। ਕਿਹੜੇ ਪੁਲਿਸ ਅਧਿਕਾਰੀਆਂ ਨੂੰ ਦੱਸਿਆ ਗਿਆ? ਜਿਹੜੇ ਸੀਨੀਅਰ ਪੁਲਿਸ ਅਧਿਕਾਰੀ ਉਸ ਟਾਈਮ ਆਪਣੀ ਡਿਊਟੀ 'ਤੇ ਮੌਜੂਦ ਸੀਗੇ, ਉਹਨਾਂ ਨੇ ਕਿਹਾ ਮੇਰੇ ਹਸਬੈਂਡ ਨੂੰ ਕਿ ਤੁਸੀਂ ਇਹਦੀ 57 ਕਰ ਦਿਉ। ਇਹ ਉਹਨਾਂ ਦੇ ਨੋਟਿਸ ਦੇ ਵਿੱਚ ਲਿਆ ਕੇ ਮੇਰੇ ਹਸਬੈਂਡ ਨੇ ਕਾਰਵਾਈ ਤਾਂ ਕੀਤੀ ਸੀ, ਉਹ ਕਰਨੀ ਮੇਰੇ ਹਸਬੈਂਡ ਨੂੰ ਪੈਣੀ ਸੀ, ਕਿਉਂਕਿ ਮੇਰੇ ਹਸਬੈਂਡ ਉਸ ਥਾਣੇ ਦੇ ਇੰਚਾਰਜ ਸੀਗੇ। ਬਿਲਕੁਲ ਜਾਊਂਗੀ ਜੀ, ਬਿਲਕੁਲ ਜਾਊਂਗੀ, ਕਿਉਂਕਿ ਉਹ ਜਿਹੜਾ ਜੋ ਜਿਹੜੀ 57 ਕੀਤੀ ਗਈ ਹੈ, ਮੈਨੂੰ ਇੰਨਾ ਕਾਨੂੰਨ ਦਾ ਤਾਂ ਨਹੀਂ ਪਤਾ ਹੈਗਾ, ਪਰ ਉਹਦੇ ਵਿੱਚ ਜਿਹੜਾ ਮਾਨਵਜੀਤ ਸਿੰਘ ਸੀਗਾ ਉਹਦੇ ਵਿੱਚ ਉਹਦੀ ਮੈਡੀਕਲ ਹੁੰਦਾ ਪ੍ਰੋਪਰ, ਇਹਨਾਂ ਦਾ ਜਦੋਂ ਹਵਾਲਾਤ 'ਚੋਂ ਬਾਹਰ ਜਾਂਦੇ ਨੇ, ਇੰਨਾ ਕਿਤੇ ਮੈਨੂੰ ਪਤਾ ਹੈ। ਉਹਨੇ ਉਹਦਾ ਮੈਡੀਕਲ ਬਿਲਕੁਲ ਫਿੱਟ ਸੀਗਾ, ਉਹਦੇ ਵਿੱਚ ਕੋਈ ਵੀ ਜਿਹੜਾ ਅਨਫਿੱਟ ਕੋਈ ਵੀ ਚੀਜ਼ ਨਹੀਂ ਪਾਈ ਗਈ। ਉਸ ਤੋਂ ਬਾਅਦ ਇਹ ਜਦੋਂ ਇਹਦੀ ਬੇਲ ਹੋਈ ਹੈ, ਜ਼ਮਾਨਤ ਹੋਈ ਹੈ, ਇਹ ਆਪਣੇ ਵਕੀਲ ਨੂੰ ਮਿਲਿਆ, ਆਪਣੇ ਜੱਜ ਨੂੰ ਮਿਲਿਆ, ਉਹਨਾਂ ਨੂੰ ਇਹਨੇ ਬਿਲਕੁਲ ਵੀ ਨਹੀਂ ਕਿਹਾ ਕਿ ਪੁਲਿਸ ਨੇ ਮੇਰੇ ਉੱਤੇ ਤਸ਼ੱਦਦ ਕੀਤਾ। ਉਸ ਤੋਂ ਬਾਅਦ ਜਲੰਧਰ ਤੋਂ ਗੋਇੰਦਵਾਲ ਸਾਹਿਬ ਦਾ ਰਸਤਾ ਤੁਹਾਨੂੰ ਵੀ ਪਤਾ ਹੋਣਾ ਕਾਫੀ ਦੂਰ ਆ, ਕੋਈ 5-4 ਮਿੰਟ ਦਾ ਤਾਂ ਹੈ ਨਹੀਂ, ਠੀਕ ਹੈ। ਇਹ ਬੰਦਾ ਜਿਹੜਾ ਮਾਨਵਜੀਤ ਸਿੰਘ ਉੱਪਲ ਸੀਗਾ, ਇੱਥੋਂ ਉਹਨਾਂ ਨੂੰ ਸਿੱਧਾ ਗੋਇੰਦਵਾਲ ਸਾਹਿਬ ਦਰਿਆ 'ਤੇ ਲੈ ਗਿਆ,
ਠੀਕ ਹੈ ਉਹਦੇ ਵਿੱਚ ਵੀ ਉਹਨੇ ਕੋਈ ਸ਼ਿਕਾਇਤ ਨਹੀਂ ਕੀਤੀ ਵੀ ਜੀ ਮੇਰੇ ਉੱਤੇ ਪੁਲਿਸ ਮੁਲਾਜ਼ਮ ਨੇ ਜਿਹੜਾ ਨਵਦੀਪ ਸਿੰਘ ਹੈ ਉਹਨੇ ਮੇਰੇ ਉੱਤੇ ਤਸ਼ੱਦਦ ਕੀਤਾ ਬਹੁਤ ਟਾਈਮ ਸੀ ਉਹ ਕਰ ਸਕਦਾ ਸੀ ਜਾਂ ਉਹ ਇੱਥੋਂ ਨਿਕਲਣ ਲੱਗਿਆ ਜਿਹੜੇ ਹਾਇਰ ਪੁਲਿਸ ਅਧਿਕਾਰੀ ਸੀਗੇ ਹਾਈ ਅਥੋਰਿਟੀ ਸੀਗੀ ਕੋਈ ਵੀ ਸੀਨੀਅਰ ਪੁਲਿਸ ਅਧਿਕਾਰੀ ਸੀਗੇ ਉਹਨਾਂ ਨੂੰ ਉਹ ਕਹਿ ਸਕਦਾ ਸੀਗਾ ਉੱਥੇ ਆਪਣੀ ਕੰਪਲੇਂਟ ਲਿਖਾ ਸਕਦਾ ਸੀਗਾ ਜੀ ਕਿ ਨਵਦੀਪ ਸਿੰਘ ਨੇ ਮੇਰੇ 'ਤੇ ਆਹ ਤਸ਼ੱਦਦ ਕੀਤਾ ਠੀਕ ਹੈ ਜਦੋਂ ਇਹ ਦਰਿਆ 'ਤੇ ਚਲੇ ਗਏ ਉੱਥੇ ਜਾ ਕੇ ਉਹ ਇਹਦੇ ਮਾਨਵਜੀਤ ਉੱਪਲ ਦੇ ਬਿਆਨ ਹੈ ਕਿ ਜਿਹੜਾ ਜਸ਼ਨਜੀਤ ਉੱਥੇ ਪਹਿਲਾਂ ਹੀ ਸੀਗਾ ਜਸ਼ਨਜੀਤ ਤਾਂ ਪਹਿਲਾਂ ਆਪਣੇ ਘਰੋਂ ਆਇਆ ਸੀ ਜਿਹਦੀ ਲਾਸ਼ ਮਿਲੀ ਹੈ ਜਿਹਦਾ ਰੌਲਾ ਮਿਲਿਆ ਜਿਹਦੇ ਵਿੱਚ ਮੇਰੇ ਹਸਬੈਂਡ ਨੂੰ ਜਿਹਦੇ ਵਿੱਚ ਇਹ ਸਜ਼ਾ ਸੁਣਾ ਦਿੱਤੀ ਗਈ ਹੈ ਮਹਿਕਮੇ ਵੱਲੋਂ ਅੱਜ ਕੋਈ ਮੈਂ ਉਹ ਪੁੱਛਣਾ ਚਾਹੂੰਗੀ ਕਿ ਜਿਹੜਾ ਬੰਦਾ ਦਰਿਆ ਦੇ ਉੱਤੇ ਇਹਨਾਂ ਨੂੰ ਲੈ ਕੇ ਗਿਆ ਸੀਗਾ ਉਹਦੇ ਤੋਂ ਪੁੱਛਗਿੱਛ ਕਿਉਂ ਨਹੀਂ ਕੀਤੀ ਗਈ ਫਿਰ ਇੱਕ ਚੀਜ਼ ਹੋਰ ਤੁਸੀਂ ਵੀਡੀਓਜ਼ ਦੇਖੀਆਂ ਹੋਣਗੀਆਂ ਮਾਨਵਜੀਤ ਢਿੱਲੋਂ ਦੀਆਂ ਉਹਦੇ ਵਿੱਚ ਇਹ ਕਹਿੰਦੇ ਨੇ ਕਿ ਜਿਹੜੇ ਜਦੋਂ ਮੈਂ ਇੱਥੇ ਲੈ ਕੇ ਆਇਆ ਜਸ਼ਨ ਤਾਂ ਪਹਿਲਾਂ ਹੀ ਉੱਥੇ ਸੀ ਅਤੇ ਮੈਂ ਉੱਥੇ ਮੇਰੀ ਪਿੱਠ ਸੀ ਉੱਧਰ ਅਤੇ ਮੈਨੂੰ ਪਤਾ ਲੱਗਿਆ ਕਿ ਇਹਨਾਂ ਦੋਨਾਂ ਭਰਾਵਾਂ ਨੇ ਛਾਲਾਂ ਮਾਰਤੀਆਂ ਠੀਕ ਹੈ ਦੋਨਾਂ ਭਰਾਵਾਂ ਨੇ ਛਾਲਾਂ ਮਾਰਤੀਆਂ ਜਦੋਂ ਕੋਈ ਛਾਲ ਮਾਰਦਾ ਪਾਣੀ ਦੇ ਵਿੱਚ ਆਪਾਂ ਕੋਲੇ ਖੜ੍ਹੇ ਹੁੰਦੇ ਹਾਂ ਚਾਹੇ ਆਪਣੀ ਬੈਕ ਹੈ ਚਾਹੇ ਆਪਣਾ ਫੇਸ ਆ ਉੱਧਰ ਆਪਾਂ ਰੌਲਾ ਪਾਉਂਦੇ ਹਾਂ ਜਿਹੜਾ ਕੋਈ ਹੋਰ ਆਸ ਪਾਸ ਹੁੰਦਾ ਉਹਨੂੰ ਆਪਾਂ ਕਹਿੰਦੇ ਹਾਂ ਕਿ ਤੁਸੀਂ ਸਾਡੀ ਮਦਦ ਕਰੋ ਆਪਾਂ ਰੌਲਾ ਪੈਂਦੇ ਹਾਂ ਬਚਾਓ ਦੀਆਂ ਆਵਾਜ਼ਾਂ ਲਾਉਂਦੇ ਹਾਂ ਇਹਨੇ ਆਪਣੇ ਵਕੀਲ ਨੂੰ ਫੋਨ ਕੀਤਾ ਇਹਦੀ ਤੁਸੀਂ ਵੀਡੀਓ ਕਾਨਫਰੰਸ ਸੁਣਿਓ ਮੈਂ ਵੀ ਉੱਥੋਂ ਹੀ ਸੁਣਿਆ ਮੈਂ ਮਿਲੀ ਨਹੀਂ ਹੈ ਉਹਦੇ ਵਿੱਚ ਇਹ ਕਹਿੰਦਾ ਇਹਦਾ ਵਕੀਲ ਵੀ ਕਹਿੰਦਾ ਕਿ ਜਿਹੜਾ ਪਹਿਲਾ ਫੋਨ ਸੀਗਾ ਮਾਨਵ ਵੀਰੇ ਨੇ ਮੈਨੂੰ ਕੀਤਾ ਉਸ ਤੋਂ ਬਾਅਦ ਇਹਨਾਂ ਨੇ ਮੇਰੇ ਹਸਬੈਂਡ ਦੇ ਉੱਤੇ ਜਿਹੜਾ ਹੈਗਾ ਦੋਸ਼ ਲਾਉਣੇ ਸ਼ੁਰੂ ਕੀਤੇ ਮੈਂ ਪੁੱਛਦੀ ਹਾਂ ਵੀ ਉਹ ਬਾਅਦ 'ਚੋਂ ਬੇਲ ਤੋਂ ਲੈ ਕੇ ਗੋਇੰਦਵਾਲ ਸਾਹਿਬ ਜਾਣ ਤੱਕ ਨਵਦੀਪ ਸਿੰਘ ਨਿਰਦੋਸ਼ ਸੀ ਜਦੋਂ ਪਾਣੀ ਦੇ ਵਿੱਚ ਡਿੱਗ ਗਏ ਇਹਨੂੰ ਲੱਗਾ ਵੀ ਮੈਂ ਇੱਥੋਂ ਤੱਕ ਲੈ ਕੇ ਆਇਆ ਸੀ ਪਹਿਲਾਂ ਇਹਨੇ ਆਪਣੇ ਵਕੀਲ ਨੇ ਸਲਾਹ ਕੀਤੀ ਵੀ ਮੈਨੂੰ ਉਹਨੂੰ ਹੀ ਪੁੱਛਿਆ ਜਾਵੇ ਵੀ ਮੈਂ ਹੁਣ ਜਿਹੜੀ ਕੰਪਲੇਂਟ ਦੇਣੀ ਹੈ ਲੋਕਾਂ ਨੇ ਮੈਨੂੰ ਪੁੱਛਣਾ ਵੀ ਉਹ ਦੋਨੋਂ ਭਰਾ ਕਿੱਥੇ ਗਏ ਇਹਨੇ ਉਸ ਤੋਂ ਬਾਅਦ ਮੇਰੇ ਹਸਬੈਂਡ ਦੇ ਉੱਤੇ ਐਲੀਗੇਸ਼ਨ ਲਾਏ ਪਹਿਲਾਂ ਕਿਉਂ ਨਹੀਂ ਲਾਏ ਸੋਰਸਿਸ ਤੋਂ ਜਿਹੜਾ ਜਾਣਕਾਰੀ ਮਿਲ ਰਹੀ ਹੈ ਕਿ ਨਵਦੀਪ ਸਿੰਘ ਨੂੰ ਸ਼ਾਇਦ ਬਰਖਾਸਤ ਵੀ ਕੀਤਾ ਜਾ ਮੇਰੇ ਹੱਲੇ ਇਹ ਚੀਜ਼ ਨੋਟਿਸ ਦੇ ਵਿੱਚ ਨਹੀਂ ਆਈ ਜਦੋਂ ਮੈਨੂੰ ਆਊਗੀ ਮੈਂ ਅਗਰ ਪੁਲਿਸ ਕਾਰਵਾਈ ਕਰਦੀ ਇਸ ਤਰ੍ਹਾਂ ਦੀ ਫਿਰ ਕੀ ਕਰੋਗੇ ਜੇ ਪੁਲਿਸ ਕਾਰਵਾਈ ਕਰਦੀ ਹੈ ਤਾਂ ਮੈਂ ਵੀ ਆਪਣਾ ਜਿੱਥੋਂ ਤੱਕ ਮੈਨੂੰ ਹੋਗਾ ਮੈਂ ਕੋਰਟ ਤੱਕ ਵੀ ਜਾਵਾਂਗੀ ਕਿਉਂਕਿ ਜਿਹੜਾ ਇਹ ਮਾਹੌਲ ਸਿਰਫ ਢਿੱਲੋਂ ਬ੍ਰਦਰਸ ਦੀ ਮੌਤ ਦਾ ਸਵਾਲ ਨਹੀਂ ਖੜਾ ਹੁੰਦਾ ਇਹਦੇ ਵਿੱਚ ਜਿਹੜਾ ਪੋਲੀਟੀਸ਼ੀਅਨ ਜਿਹੜੇ ਆਏ ਨੇ ਵਿੱਚ ਉਹਨਾਂ ਨੇ ਬਹੁਤ ਜ਼ਿਆਦਾ ਇਸ ਮਾਹੌਲ ਦਾ ਫਾਇਦਾ ਉਠਾਇਆ ਇਹਨਾਂ ਨੇ ਜਿਹੜੀਆਂ ਆਪਣੀਆਂ ਪਰਸਨਲ ਰੰਜਿਸ਼ CM ਸਾਹਿਬ ਨਾਲ ਸੀਗੀਆਂ ਭਗਵੰਤ ਮਾਨ ਜੀ ਨਾਲ ਕੁਛ ਕੁ ਜਿਹੜੇ ਪੋਲੀਟੀਸ਼ੀਅਨ ਆਏ ਸੀਗੇ ਉਹਨਾਂ ਦੀਆਂ ਕਾਫੀ ਪੁਰਾਣੀਆਂ ਆਪਣੀਆਂ ਜਿਹੜੀਆਂ ਫੈਮਿਲੀ ਇਹਨਾਂ ਦੀਆਂ ਪੁਰਾਣੀਆਂ ਦੁਸ਼ਮਣੀਆਂ ਚੱਲਦੀਆਂ ਪਈਆਂ ਨੇ ਆਪਸ ਦੇ ਵਿੱਚ ਉਹਨਾਂ ਨੇ ਮੇਰੇ ਹਸਬੈਂਡ ਨੂੰ ਸ਼ਿਕਾਰ ਬਣਾ ਕੇ ਉਹਨਾਂ ਦੇ ਮੋਢੇ ਦੇ ਉੱਤੇ ਬੰਦੂਕ ਰੱਖ ਕੇ ਚਲਾਤੀ ਹੈ ਜੀ ਮੈਂ ਕਿਸੇ ਦਾ ਨਾਮ ਮੈਂਸ਼ਨ ਨਹੀਂ ਕਰੂੰਗੀ ਤੁਸੀਂ ਸਾਰੀਆਂ ਸੁਣੀਆਂ ਹੀ ਨੇ ਸਾਰੀਆਂ ਸੁਣੀਆਂ ਹੋਣਗੀਆਂ ਬਿਲਕੁਲ 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 ਇਸ ਮਾਮਲੇ ਨੂੰ ਲੈ ਕੇ ਤੁਸੀਂ CM ਸਾਹਿਬ ਨੂੰ ਮਿਲੋਗੇ ਬਿਲਕੁਲ ਮਿਲੂੰਗੀ ਜੀ ਬਿਲਕੁਲ ਮਿਲੂੰਗੀ ਕਿਉਂਕਿ ਇਹ ਲੜਾਈ ਸਿਰਫ ਮੇਰੇ ਹਸਬੈਂਡ ਨਾਲ ਇਕੱਲੇ ਪੁਲਿਸ ਮੁਲਾਜ਼ਮ ਦੀ ਨਹੀਂ ਹੈਗੀ ਇਹਦੇ ਵਿੱਚ ਜਿਹੜੇ ਆਪਣੇ ਆਪ ਨੂੰ ਨਸ਼ੇ ਦੇ ਸੁਦਾਗਰ ਕਹਿੰਦੇ ਨੇ ਉਹਨਾਂ ਨੇ ਆਪਣੀ ਜਿਹੜੀ ਸੀਗੀ ਰੀੜ੍ਹ ਦੀ ਹੱਡੀ ਜਿਹੜੀ ਸਮਝਦੇ ਸੀ ਉਹਨੂੰ ਆਪਣਾ ਕੰਢਾ ਸਮਝਦੇ ਸੀਗੇ ਨਾ ਉਹਨਾਂ ਨੇ ਉਹ ਕੱਢਿਆ ਵਿੱਚੋਂ ਕਿਉਂਕਿ ਮੇਰੇ ਹਸਬੈਂਡ ਨੇ ਜਿਹੜੇ ਜਲੰਧਰ ਜ਼ਿਲ੍ਹੇ ਦੇ ਵਿੱਚ 14 ਜ਼ਿਲ੍ਹਿਆਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਨਸ਼ੇ ਦੇ ਪਰਚੇ ਦਿੱਤੇ ਨੇ ਉਹ ਇੱਕ ਇੰਸਪੈਕਟਰ ਨਵਦੀਪ ਸਿੰਘ ਨੇ ਦਿੱਤੇ ਹੋਏ ਨੇ ਇਹਨਾਂ ਨੂੰ ਇਹ ਚੁੱਭਦਾ ਸੀ ਇਹਨਾਂ ਨੇ ਆਪਣਾ ਉਹ ਕੱਢਤਾ ਕੰਢਾ ਕੱਢਤਾ ਜੀ ਤੁਸੀਂ ਪੋਲੀਟੀਸ਼ੀਅਨ ਦੀ ਗੱਲ ਕਰ ਰਹੇ ਹੋ ਪੋਲੀਟੀਸ਼ੀਅਨ ਨੇ ਆਰੋਪ ਲਗਾਏ ਨੇ ਨਵਦੀਪ ਸਿੰਘ ਤੇ ਕਿ ਪਹਿਲਾਂ ਵੀ ਇਹਨਾਂ ਨੂੰ ਜਿਹੜਾ ਸਸਪੈਂਡ ਕੀਤਾ ਗਿਆ ਕਈ ਮਾਮਲਿਆਂ ਦੇ ਵਿੱਚ ਫਗਵਾੜੇ ਦਾ ਉਹਨਾਂ ਨੇ ਵੇਰਵੇ ਦਿੱਤਾ ਹਾਂਜੀ ਇਹ ਹਰ ਇੱਕ ਜਿਹੜਾ ਮੈਂ ਦੇਖਦੀ ਹਾਂ ਹਰ ਇੱਕ ਵੀਡੀਓ ਵਿੱਚ ਫਗਵਾੜੇ ਦਾ ਜਿਹੜਾ ਮੈਂਸ਼ਨ ਕੀਤਾ ਜਾਂਦਾ ਮੈਂ ਉਹ ਵੀ ਤੁਹਾਨੂੰ ਦੱਸ ਦਿੰਦੀ ਹਾਂ ਮੇਰੇ ਦੋ ਬ੍ਰਦਰਸ ਸੀ ਉਹਨਾਂ ਦੋਨਾਂ ਦੀ ਡੈਥ ਹੋ ਚੁੱਕੀ ਹੈ ਮੇਰੇ ਫਾਦਰ ਸਾਹਿਬ ਸੀਗੇ ਕਰੋਨਾ ਕਾਲ 'ਚ ਉਹਨਾਂ ਦੀ ਡੈਥ ਵੀ ਹੋ ਚੁੱਕੀ ਹੈ ਜਿਹੜੇ ਨਵਦੀਪ ਸਿੰਘ ਨੇ ਉਹਨਾਂ ਦੇ ਵੱਡੇ ਬ੍ਰਦਰ ਸੀਗੇ ਕਰੋਨਾ ਕਾਲ 'ਚ ਉਹਨਾਂ ਦੀ ਵੀ ਡੈਥ ਹੋ ਚੁੱਕੀ ਸੀ ਮੇਰੇ ਹਸਬੈਂਡ ਜਿਹੜੀਆਂ ਸਾਰੀਆਂ ਫੈਮਿਲੀਜ਼ ਨੇ ਉਹਨਾਂ ਦੇ ਬੱਚੇ ਛੋਟੇ ਛੋਟੇ ਨੇ ਠੀਕ ਹੈ ਉਹਨਾਂ ਦੀ ਸਾਰੀ ਰਿਸਪੋਂਸੀਬਿਲਟੀ ਸੀ ਜਿਹੜੀ ਆਏ ਦਿਨ ਨਵਦੀਪ ਸਿੰਘ 'ਤੇ ਪੈ ਰਹੀ ਸੀ ਉਹਨਾਂ ਤੋਂ ਇਹ ਚੀਜ਼ ਜਿਹੜੀ ਬਰਦਾਸ਼ਤ ਨਹੀਂ ਸੀ ਹੋ ਰਹੀ ਕਿ ਇਹ ਜਿਹੜੀ ਹੈ ਕਿਸੇ ਹੋਰ ਦੇ ਘਰ ਵਿੱਚ ਜਾ ਕੇ ਵੀ ਜਿਹੜਾ ਇਹ ਮੌਤ ਦਾ ਜਿਹੜਾ ਨੰਗਾ ਨਾਚ ਹੈ ਇਹ ਹੋਵੇ ਇਸ ਕਰਕੇ ਉਹਨਾਂ ਤੋਂ ਬਰਦਾਸ਼ਤ ਨਹੀਂ ਸੀ ਹੁੰਦਾ ਜਿੱਥੇ ਉਹ ਕਰੋਨਾ ਨੂੰ ਉਹਨਾਂ ਨੇ ਕਰੋਨਾ ਨੂੰ ਲੱਤ ਮਾਰੀ ਸੀ ਗਰੀਬ ਦੀ ਰੇਹੜੀ ਨੂੰ ਲੱਤ ਨਹੀਂ ਮਾਰੀ ਇਹ ਲੋਕਾਂ ਦਾ ਨਜ਼ਰੀਆ ਵੀ ਉਹਨਾਂ ਨੇ ਉਸ ਚੀਜ਼ ਨੂੰ ਕਿਸ ਨਜ਼ਰੀਏ ਨਾਲ ਦੇਖਿਆ